ਰੋਨੀ ਤੇਰੀ ਮਾਂ ਦਾ ਫੋਨ ਆ ਗਿਆ। ਹਾਂਜੀ ਏ ਜੀ, ਕਿੱਥੇ ਹੋ ਤੁਸੀਂ? ਆ ਗਿਆ ਯਾਰ, ਕੰਮ ਹੀ ਗਿਆ ਸੀ ਬਸ। ਵਿਆਹ ਦਾ ਸੀਜ਼ਨ ਹੈਗਾ ਵੇ, ਦੁਕਾਨ ਤੇ ਇੰਨਾ ਰਸ਼ ਹੈ। ਕਿੰਨੀ ਦੇਰ ਚ ਆ ਰਹੇ ਹੋ ਤੁਸੀਂ? 5 ਮਿੰਟ ਚ ਆ ਰਹੇ ਹਾਂ। ਤੁਸੀਂ ਕਸਟਮਰ ਸੰਭਾਲੋ, ਬਸ ਆ ਗਿਆ। ਓਕੇ ਚੱਲ ਬਈ, ਚੱਲ ਰੋਨੀ, ਜਲਦੀ ਕਰ ਦੇ ਯਾਰ, ਤੇਰੀ ਮਾਂ ਦਾ ਫੋਨ ਆ ਗਿਆ। ਚੱਲ ਬੱਚੇ ਚੱਲ। ਰੋਨੀ ਜਲਦੀ ਕਰਵਾ ਲਿਆ ਬੱਚੇ, ਜੋ ਸਾਈਨ ਕਰਵਾਉਣੇ ਨੇ ਜਸਟ ਬ੍ਰੌਡਕਾਸਟਿੰਗ ਵਾਲੇ ਆ ਰਹੇ ਨੇ, ਉਹਨਾਂ ਨੇ ਬਿਜ਼ਨਸ ਹਜ਼ ਵੀਕ ਕਰਨਾ ਮੇਰੇ ਨਾਲ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦਾ। ਅੱਜ ਜਸ ਪੰਜਾਬੀ ਦੀ ਟੀਮ ਪਹੁੰਚੀ ਹੈ ਜੀ ਹਿਕਸਵਿਲ ਲੌਂਗ ਆਈਲੈਂਡ, ਜਿੱਥੇ ਅੱਜ ਅਸੀਂ ਤੁਹਾਨੂੰ ਦਰਸ਼ਾਵਾਂਗੇ ਉਹ ਹਸਤੀ ਦੇ ਨਾਲ, ਦਿਖਾਵਾਂਗੇ ਔਰ ਮਿਲਾਵਾਂਗੇ ਉਸ ਹਸਤੀ ਦੇ ਨਾਲ ਜਿੰਨੇ ਹਿਕਸਵਿਲ ਦੇ ਵਿੱਚ, ਜਦ ਗੱਲ ਆਉਂਦੀ ਹੈ ਐਥਨਿਕ ਵੀਅਰ ਦੀ, ਜਦ ਗੱਲ ਆਉਂਦੀ ਹੈ ਭਾਰਤੀ ਸੰਸਕ੍ਰਿਤੀ ਦੀ, ਜਦ ਗੱਲ ਆਉਂਦੀ ਹੈ ਪੰਜਾਬੀ ਸੱਭਿਆਚਾਰ ਦੀ, ਜਦ ਗੱਲ ਆਉਂਦੀ ਹੈ ਭਾਰਤੀ ਐਥਨਿਕ ਡਰੈਸਿਸ ਦੀ, ਤਾਂ ਆਪਣਾ ਨਾਂ ਜਿਹੜਾ ਉਹ ਚਮਕਾਇਆ ਨਿਊਯਾਰਕ ਦੇ ਵਿੱਚ ਔਰ ਖਾਸ ਤੌਰ ਦੇ ਨਾਲ ਲੌਂਗ ਆਈਲੈਂਡ ਦੇ ਵਿੱਚ। ਅੱਜ ਤੁਹਾਨੂੰ ਮੁਖਾਤਿਬ ਕਰਾਵਾਂਗੇ ਅਸੀਂ ਸਮਾਇਰਾ ਬ੍ਰੈਡਲ ਦੇ ਓਨਰ ਏਜੇ ਭਾਜੀ, ਉਹਨਾਂ ਦੀ ਫੈਮਿਲੀ ਪੰਮੀ ਜੀ, ਜੋ ਕਿ ਲੌਂਗ ਆਈਲੈਂਡ ਦੇ ਵਿੱਚ ਉਹਨਾਂ ਨੂੰ ਪੰਮੀ ਦੇ ਨਾਲ ਪਹਿਚਾਣਿਆ ਜਾਂਦਾ। ਉਹਨਾਂ ਦੇ ਜਿਹੜੇ ਪੁੱਤਰ ਹਨ ਰੋਨੀ, ਉਹਨਾਂ ਨੇ ਵੀ ਏਜੇ ਭਾਜੀ ਨੂੰ ਸਪੋਰਟ ਕੀਤਾ ਹੋਇਆ ਅਤੇ ਨਾਲ ਪੂਰੀ ਫੈਮਿਲੀ ਰਲ ਮਿਲ ਕੇ ਨਾਂ ਜਿਹੜਾ ਉਹ ਲੌਂਗ ਆਈਲੈਂਡ ਦੇ ਵਿੱਚ ਆਪਣਾ ਤਾਂ ਰੋਸ਼ਨ ਕਰ ਹੀ ਰਹੀ ਹੈ ਅਤੇ ਨਾਲ ਇਸ ਬ੍ਰੈਂਡ ਨੂੰ ਵੀ ਵਰਲਡ ਵਾਈਡ ਪਹਿਚਾਣ ਦਵਾ ਰਹੀ ਹੈ। ਤੋ ਆਓ ਤੁਹਾਨੂੰ ਮੁਖਾਤਿਬ ਕਰਾਉਣਾ ਅੱਜ ਆਪਣੇ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਏਜੇ ਭਾਜੀ ਦੇ ਨਾਲ। ਚਲੋ ਜੀ, ਮਿਲ ਕੇ ਆਈਏ ਫਿਰ ਭਾਅ ਜੀ ਨੂੰ। ਕਿਆ ਬਾਤਾਂ ਨੇ, ਕਿਆ ਡਿਜ਼ਾਈਨ ਨੇ, ਵਾਓ, ਵੈਰੀ ਨਾਈਸ। ਦੀਪਕ ਜੀ, ਫਿਰ ਮੁਲਾਕਾਤ ਕਰ ਲਈਏ ਹੁਣ ਆਪਾਂ ਏਜੇ ਭਾਅ ਜੀ ਨਾਲ। ਅਤੇ ਦਰਸ਼ਕੋ, ਹੁਣ ਤੁਹਾਨੂੰ ਮੁਖਾਤਿਬ ਕਰਾਉਣਾ ਮੈਂ ਏਜੇ ਭਾਅ ਜੀ ਦੇ ਨਾਲ, ਸਮਾਇਰਾ ਗਰੁੱਪਸ ਦੇ ਚੇਅਰਮੈਨ ਅਤੇ ਨਾਲ ਉਸ ਤੋਂ ਵੀ ਇਲਾਵਾ, ਉਸ ਤੋਂ ਵੀ ਜ਼ਿਆਦਾ ਸਭ ਤੋਂ ਵਧੀਆ ਦਿਲ ਦੇ ਬਹੁਤ ਹੀ ਸੋਹਣੇ ਇਨਸਾਨ। ਅੱਜ ਏਜੇ ਭਾਅ ਜੀ ਨਾਲ ਇਸ ਕਰਕੇ ਮੁਲਾਕਾਤ ਹੋਣੀ ਸੀ ਕਿ ਮੈਨੂੰ ਕਈ ਲੋਕਾਂ ਨੇ ਕਿਹਾ ਕਿ ਤੁਸੀਂ ਲੌਂਗ ਆਈਲੈਂਡ ਦੇ ਵਿੱਚ ਆਏ ਸੀਗੇ ਪਿਛਲੀ ਵਾਰ ਔਰ ਤੁਸੀਂ ਏਜੇ ਭਾਅ ਜੀ ਨੂੰ ਨਹੀਂ ਮਿਲ ਕੇ ਗਏ ਸੀਗੇ। ਮੈਂ ਕਿਹਾ ਟੈਨਸ਼ਨ ਨਾ ਲਓ, ਇਸ ਵਾਰ ਅਸੀਂ ਏਜੇ ਭਾਅ ਜੀ ਨੂੰ ਅਤੇ ਨਾਲ ਉਹਨਾਂ ਦੇ ਪਰਿਵਾਰ ਨੂੰ ਵੀ ਮਿਲਾਂਗੇ ਅਤੇ ਨਾਲ ਰੋਣੀ ਮੌਜੂਦ ਨੇ, ਉਹਨਾਂ ਦੇ ਪੁੱਤਰ ਨੇ, ਜੋ ਕਿ ਸਮਾਇਰਾ ਮੈਂਸ ਜਿਹੜਾ ਇਹਨਾਂ ਦਾ ਦੂਜਾ ਆਊਟਲੈਟ ਹੈਗਾ ਉਹਨੂੰ ਸੰਭਾਲਦੇ ਨੇ ਔਰ ਖਾਸ ਤੌਰ 'ਤੇ ਲਾੜਿਆਂ ਨੂੰ ਤਿਆਰ ਕਰਦੇ ਨੇ ਔਰ ਆਲ ਓਵਰ ਵਰਲਡ ਦੇ ਵਿੱਚ ਇਹਨਾਂ ਨੇ ਆਪਣੀ ਰਿਕੋਗਨੀਸ਼ਨ ਜਿਹੜੀ ਹੈ ਉਹ ਆਪਣੇ ਟੈਲੈਂਟ ਦੇ ਸਦਕਾ ਦਿਖਾਈ ਵੀ ਹੈ ਅਤੇ ਨਾਲ ਆਪਣਾ ਨਾਂ ਵੀ ਰੋਸ਼ਨ ਕੀਤਾ ਹੈ। ਅਤੇ ਪੰਮੀ ਜੀ, ਇਹਨਾਂ ਦੇ ਵਾਈਫ, ਜਿਨ੍ਹਾਂ ਦਾ ਨਾਂ ਬ੍ਰਾਈਡਲ ਦੇ ਵਿੱਚ ਆਉਂਦਾ ਸਮਾਇਰਾ ਬ੍ਰਾਈਡਲ, ਔਰ ਜਦ ਉਹ ਇੱਕ ਬ੍ਰਾਈਡਲ ਇੱਥੋਂ ਤਿਆਰ ਹੋ ਕੇ ਜਾਂਦੀ ਹੈ ਤਾਂ ਉਹ ਥੈਂਕਸ ਕਰਨਾ ਨਹੀਂ ਭੁੱਲਦੀ। ਕਿੱਦਾਂ ਪੰਮੀ ਜੀ ਦਾ ਮਿਲਾਵਾਂਗੇ ਇਸ ਪਰਿਵਾਰ ਦੇ ਨਾਲ ਇਸ ਪ੍ਰੋਗਰਾਮ ਬਿਜ਼ਨਸ ਆਫ ਦਾ ਵੀਕ ਦੇ ਵਿੱਚ। ਦੋਸਤੋ, ਹੁਣ ਇਸ ਟਾਈਮ ਅਸੀਂ ਮੌਜੂਦ ਹਾਂ ਆਊਟਲੈਟ ਦੇ ਵਿੱਚ ਅਤੇ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਅੱਜ ਇਸ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਸਮਾਇਰਾ ਗਰੁੱਪਸ ਔਰ ਸਭ ਤੋਂ ਵੱਡੀ ਗੱਲ ਉਸ ਪਰਿਵਾਰ ਦੇ ਨਾਲ, ਜੋ ਕਿ ਪੂਰਾ ਪਰਿਵਾਰ ਇੱਕ ਪਰਸਨਲ ਲਾਈਫ ਦੇ ਨਾਲ ਨਾਲ ਆਪਣੇ ਬਿਜ਼ਨਸ ਦੇ ਵਿੱਚ ਵੀ ਲੱਗਿਆ ਹੋਇਆ ਔਰ ਆਪਣੇ ਬਿਜ਼ਨਸ ਨੂੰ ਚਮਕਾਉਣ ਦੇ ਲਈ ਵਰਲਡ ਵਾਈਡ ਸਮਾਇਰਾ ਗਰੁੱਪਸ ਮਿਹਨਤ ਕਰਦਾ। ਉਹ ਕੋਈ ਹੋਰ ਪਰਿਵਾਰ ਨਹੀਂ ਹੈਗਾ, ਉਹਨਾਂ ਦਾ ਆਪਣਾ ਆਪ ਦਾ ਪਰਿਵਾਰ ਹੈ, ਭਾਟੀਆ ਪਰਿਵਾਰ, ਜੋ ਕਿ ਕੋਸ਼ਿਸ਼ ਕਰਦਾ ਕਿ ਅਸੀਂ ਲਾੜੇ ਨੂੰ ਅਤੇ ਲਾੜੀ ਨੂੰ ਇੰਨਾ ਵਧੀਆ ਸਜਾ ਕੇ ਭੇਜੀਏ ਤਾਂ ਕਿ ਉਹਨਾਂ ਨੂੰ ਪਤਾ ਚੱਲ ਸਕੇ ਕਿ ਅਸੀਂ ਤਿਆਰ ਹੋਏ ਸੀਗੇ ਸਮਾਇਰਾ ਬ੍ਰਾਈਡਲ ਤੋਂ, ਤਿਆਰ ਹੋਏ ਸੀਗੇ ਸਮਾਇਰਾ ਮੈਨ ਤੋਂ। ਅਤੇ ਪੂਰਾ ਪਰਿਵਾਰ ਮੇਰੇ ਨਾਲ ਇਸ ਟਾਈਮ ਮੌਜੂਦ ਹੈ ਜੀ। ਸਭ ਤੋਂ ਪਹਿਲਾਂ ਮੈਂ ਮੁਖਾਤਿਬ ਕਰਾਉਣਾ ਤੁਹਾਨੂੰ ਏਜੇ ਭਾਅ ਜੀ ਦੇ ਨਾਲ, ਉਹਦੇ ਨਾਲ ਉਹਨਾਂ ਦੇ ਨਾਲ ਪੰਮੀ ਜੀ, ਮੈਪੀ ਸਾਡੇ ਨਾਲ ਮੌਜੂਦ ਹੈ, ਸਾਡੇ ਨਾਲ ਰੋਨੀ ਮੌਜੂਦ ਹੈ ਅਤੇ ਇਹ ਪੂਰਾ ਪਰਿਵਾਰ ਇੱਕ ਇਕੱਠੇ 'ਤੇ ਰਹਿੰਦੇ ਨੇ ਔਰ ਸਭ ਤੋਂ ਵੱਡੀ ਗੱਲ ਬਿਜ਼ਨਸ ਨੂੰ ਵੀ ਇਕੱਠੇ ਚਲਾ ਰਹੇ ਨੇ, ਕਿਉਂਕਿ ਕਹਿੰਦੇ ਨੇ ਨਾ
ਯੂਨਿਟੀ ਦੇ ਵਿੱਚ ਪਾਵਰ ਹੈਗੀ ਹੈ। ਅਤੇ ਅੱਜ ਇਸ ਐਪੀਸੋਡ ਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਮੋਟੀਵੇਸ਼ਨ ਮਿਲੇਗੀ ਕਿ ਕਿਸ ਤਰੀਕੇ ਨਾਲ ਪਰਿਵਾਰ ਯੂਨਿਟੀ ਦੇ ਵਿੱਚ ਰਹਿ ਕੇ ਵੀ ਬਿਜ਼ਨਸ ਕਰ ਸਕਦਾ ਹੈ। ਇਹ ਅਮਲੀ ਜਾਮਾ ਪਹਿਨਾ ਰਿਹਾ ਪਰਿਵਾਰ ਸਮਾਇਰਾ ਗਰੁੱਪਸ, ਇਹਜੇ ਭਾਅ ਜੀ ਚੇਅਰਮੈਨ ਮੁਖਾਤਿਬ ਨੇ ਮੇਰੇ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਕਿੰਨੇ ਕੁ ਮਾਣ ਮਹਿਸੂਸ ਕਰਦੇ ਨੇ ਆਪਣੇ ਇਸ ਫੈਮਿਲੀ ਦੇ ਨਾਲ ਰਹਿ ਕੇ ਔਰ ਬਿਜ਼ਨਸ ਨੂੰ ਚਲਾ ਕੇ। ਸਤਿ ਸ਼੍ਰੀ ਅਕਾਲ ਭਾਅ ਜੀ। ਜੀ ਸਭ ਤੋਂ ਪਹਿਲਾਂ ਤਾਂ ਮੈਂ ਜ਼ਰੂਰ ਜਾਣਨਾ ਚਾਹਾਂਗਾ ਕਿ ਇੱਕ ਪਰਿਵਾਰ ਦੇ ਤਰੀਕੇ ਦੇ ਨਾਲ ਤੁਸੀਂ ਪੂਰੇ ਆਪਣੇ ਆਊਟਲੈਟ ਨੂੰ ਵੀ ਚਲਾ ਰਹੇ ਹੋ, ਆਪਣੀ ਪਰਿਵਾਰਕ ਜ਼ਿੰਦਗੀ ਨੂੰ ਵੀ ਨਿਭਾ ਰਹੇ ਹੋ, ਕਿਵੇਂ ਮਹਿਸੂਸ ਕਰ ਰਹੇ ਹੋ ਇੰਨੇ ਸਾਲਾਂ ਬਾਅਦ? ਬਹੁਤ ਪ੍ਰਾਊਡ ਫੀਲ ਕਰ ਰਿਹਾ ਜੀ, ਥੈਂਕਸ ਟੂ ਗੋਡ। ਮੰਮੀ ਜੀ ਤੁਸੀਂ ਕਿੰਨਾ ਐਕਸਾਈਟਡ ਫੀਲ ਕਰਦੇ ਹੋ? ਬਹੁਤ ਅੱਛਾ, ਸਾਰਾ ਪਰਿਵਾਰ ਸਾਰੇ ਇਕੱਠੇ ਰਹਿੰਦੇ ਹਾਂ ਔਰ ਬੱਚੇ ਵੀ ਮੇਰੇ ਨਾਲ ਹੈਗੇ ਨੇ, ਹਸਬੈਂਡ ਵੀ, ਅਤੇ ਬਹੁਤ ਅੱਛਾ ਲੱਗਦਾ ਵੇ। ਫੋਨ ਕੀਤਾ ਸੀਗਾ ਤੁਸੀਂ, ਟਾਈਮ ਸਿਰ ਪਹੁੰਚਦੇ ਨਹੀਂ ਪਹੁੰਚਦੇ ਦੁਕਾਨ ਦੇ ਵਿੱਚ? ਹਾਂਜੀ ਹਾਂਜੀ, ਪਹੁੰਚ ਜਾਂਦੇ ਨੇ, ਵਧੀਆ। ਰੋਨੀ ਤੁਸੀਂ ਕਿੰਨਾ ਪ੍ਰਾਊਡ ਫੀਲ ਕਰਦੇ ਹੋ ਕਿ ਯੂ ਗੈਟਿੰਗ ਯੂ ਨੋ ਥਿੰਗਸ ਫਰੋਮ ਯੂਰ ਡੈਡ, ਫਰੋਮ ਯੂਰ ਮਦਰ ਐਂਡ ਤੁਹਾਡੇ ਬ੍ਰਦਰ ਵੀ ਨੇ ਸਪੋਰਟ ਕਰਨ ਦੇ ਲਈ ਨਾਲ ਤੁਹਾਨੂੰ? ਬਹੁਤ ਪ੍ਰਾਊਡ ਫੀਲ ਕਰਦੇ ਹਾਂ, ਪੂਰਾ ਸਪੋਰਟ ਹੈਗਾ ਵੇ, ਜੋ ਕਰਨਾ ਜ਼ਿੰਦਗੀ ਵਿੱਚ ਉਹਦਾ ਫੁੱਲ ਸਪੋਰਟ ਮਿਲਦਾ ਵੇ, ਕੰਮ ਕਰਨਾ ਫੁੱਲ ਸਪੋਰਟ ਮਿਲਿਆ ਪਿੱਛੇ, ਕੈਂਟ ਬੀ ਮੋਰ ਪ੍ਰਾਊਡ। ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਮੈਂ ਵੀ ਕਿੰਨਾ ਕੁ ਐਕਸਾਈਟਿਡ ਆਪਣੇ ਪਰਿਵਾਰ ਦੇ ਨਾਲ ਕੰਮ ਕਰਕੇ ਔਰ ਆਪਣੇ ਬਿਜ਼ਨਸ ਦੇ ਵਿੱਚ ਹੱਥ ਵੀ ਵਟਾਉਂਦਾ। ਵਾਟਸ ਯੂਰ ਏਜ? 22। ਓ, ਐਟ ਦ ਏਜ ਆਫ 22 ਯੂ ਡੂਇੰਗ ਆਸਮ ਬ੍ਰਦਰ। ਤੇ ਕਿਵੇਂ ਮਹਿਸੂਸ ਕਰਦੇ ਹੋ ਤੁਸੀਂ? ਆਈ ਲਵ ਮਾਈ ਫੈਮਿਲੀ, ਦੇ ਆਰ ਮੋਰ ਫਨ ਦੈਨ ਐਨੀਵਨ ਆਈ ਨੋ, ਐਂਡ ਆਈ ਕੈਨਟ ਬੀ ਐਨੀਥਿੰਗ ਵਿਦਆਊਟ them। ਘਰ ਦਾ ਛੋਟਾ ਜਿਹੜਾ ਹੁੰਦਾ ਬਹੁਤ ਲਾਡਲਾ ਹੁੰਦਾ ਹੈ, ਲਾਡਲਾ ਹੈਗਾ? ਯੈਪ, ਸਭ ਤੋਂ ਜ਼ਿਆਦਾ ਲਾਡਲਾ ਹੈਗਾ। ਯੰਗਰ ਸਨ ਇਜ਼ ਮੋਰ। ਯੰਗਰ ਸਨ ਤੇ ਬਿਜ਼ਨਸ ਸੰਭਾਲਦਾ ਨਹੀਂ ਸੰਭਾਲਦਾ? ਬਿਜ਼ਨਸ ਕੱਟ, ਹੀ ਇਜ਼ ਇਨ ਮੈਡੀਕਲ ਐਕਚੁਅਲ, ਮੈਡੀਕਲ ਕਰ ਰਿਹਾ ਵੇ। ਓਕੇ, ਤੇ ਬਾਕੀ ਜਦੋਂ ਵੀ ਕੋਈ ਵੀ ਸਪੋਰਟ ਚਾਹੀਦੀ ਹੈ, ਕਦੀ ਵੀ ਹੈਲਪ ਚਾਹੀਦੀ, ਹੀ ਇਜ਼ ਆਲਵੇਜ਼ ਦੇਅਰ, ਇਜ਼ ਆਲਵੇਜ਼ ਦੇਅਰ। ਤੇ ਰੋਨੀ, ਵਟ ਇਜ਼ ਯੋਰ ਸਪੈਸ਼ਲਿਟੀ? ਮਾਈ ਸਪੈਸ਼ਲਿਟੀ ਇਜ਼ ਮੈਨਸ ਵੇਅਰ, ਗਰੂਮ ਨੂੰ ਪੂਰਾ ਰੈਡੀ ਕਰਨਾ, ਉਹਨੂੰ ਮੈਚ ਕਰਨਾ ਬ੍ਰਾਈਡਲ ਵੇਅਰ ਦੇ ਨਾਲ, ਜਿਹੜੀ ਵੀ ਐਕਸੈਸਰੀਜ਼ ਨੇ ਉਹਦੇ ਗਰੂਮਸ ਮੈਨ ਨੂੰ ਰੈਡੀ ਕਰਨਾ, ਜੋ ਵੀ ਕੋਈ ਵੀ ਗਰੂਮ ਦੀ ਨੀਡ ਹੋਵੇ ਉਹ ਪੂਰੀ ਕਰਦੇ ਹਾਂ ਅਸੀਂ। ਸੋ ਵਟ ਇਜ਼ ਦੀ ਡਿਫਰੈਂਸ ਬਿਟਵੀਨ ਸਮਾਇਰਾ ਗਰੁੱਪ ਐਂਡ ਦੀ ਅਦਰ ਆਊਟਲੈਟਸ ਇਨ ਲੌਂਗ ਆਈਲੈਂਡ? ਆਪਣੇ ਮੂੰਹ ਕੁਛ ਨਹੀਂ ਕਹਿਣਾ ਚਾਹਾਂਗਾ, ਵਿਦ ਦਾ ਗੋਡਸ ਗ੍ਰੇਸ ਵੀ ਆਰ ਡੂਇੰਗ ਵੈਰੀ ਗੁੱਡ। ਓਕੇ, ਦੇਰ ਇਜ਼ ਨੋ ਕੰਪੈਰੀਜ਼ਨ ਬਿਟਵੀਨ ਸਮਾਇਰਾ ਐਂਡ ਐਨੀ ਅਦਰ ਸਟੋਰ। USP ਦੀ ਜੇਕਰ ਗੱਲ ਕਰੀਏ ਤਾਂ ਤੁਹਾਡੇ ਕੋਲ ਕੀ ਯੂਨੀਕ ਸੈਲਿੰਗ ਪੁਆਇੰਟ ਹੈਗਾ, ਔਰ ਜੇਕਰ ਅਸੀਂ ਆਪਣੇ ਇੰਡੀਅਨ ਕਸਟਮਰਸ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਉਹਨਾਂ ਨੂੰ ਸਪੈਸ਼ਲੀ ਇੰਡੀਆ ਜਾਣਾ ਪੈਂਦਾ, ਕੀ ਤੁਸੀਂ ਉਹ ਫੈਸਿਲਿਟੀ ਸਰਵਿਸਿਜ਼ ਆਪਣੇ ਗ੍ਰਾਹਕਾਂ ਨੂੰ ਦਿੰਦੇ ਹੋ ਜੋ ਕਿ ਉਹਨਾਂ ਨੂੰ ਇੰਡੀਆ ਨਾਲ ਜਾਣਾ ਪਏ? ਮੈਨੂੰ ਅੱਜ ਤੱਕ ਸਮਝਦਾ ਨਹੀਂ ਲੋਕ ਇੰਡੀਆ ਕਿਉਂ ਜਾਂਦੇ ਨੇ। ਇੰਡੀਆ ਪਹਿਲੇ ਤਾਂ ਏਅਰਫੇਅਰ ਕਰੋ, ਆਪਣੇ ਜੋਬਾਂ ਛੱਡ ਕੇ ਜਾਂਦੇ ਹੋ, ਫਿਰ ਜਦੋਂ ਇੰਨੀ ਕੰਪਲੇਂਟ ਆਉਂਦੀ ਸਾਨੂੰ, ਜਦੋਂ ਪਤਾ ਲੱਗਦਾ ਕਿ ਜਦੋਂ ਸਟੱਫ ਆਉਂਦਾ ਉਹਨਾਂ ਦਾ ਅਤੇ ਉਹਦੀ ਆਲਟਰੇਸ਼ਨ ਨਹੀਂ ਹੋਈ ਪਈ, ਚਾਰ ਚਾਰ ਵਾਰ ਆਲਟਰੇਸ਼ਨ ਕਰਵਾ ਕੇ ਵੀ ਕਦੀ ਉਹਨਾਂ ਦਾ ਵਾਪਸ ਠੀਕ ਨਹੀਂ ਆਉਂਦਾ, ਉਹ ਫਿਰ ਆ ਕੇ ਵਿਚਾਰੇ ਭੱਜਦੇ ਨੇ। ਅਤੇ ਆਲਟਰੇਸ਼ਨ ਬਾਹਰ ਦੀ ਅਸੀਂ ਕਦੀ ਕਰਦੇ ਨਹੀਂ, ਅਤੇ ਅਸੀਂ ਸਾਡੇ ਕੋਲ ਕੋਈ ਵੀ ਆਉਂਦਾ ਵੀ ਕਸਟਮਾਈਜ਼ ਐਵਰੀਥਿੰਗ, ਉਹਨਾਂ ਨੇ ਕੁਛ ਵੀ ਕਹਿਣਾ, ਜਿਵੇਂ ਲੈਟਸ ਇਹ ਹੈ ਪੀਸ ਹੈ, ਇਹਨੂੰ ਕਲਰ ਚੇਂਜ ਕਰਨਾ ਵੇ, ਦੁਪੱਟਾ ਚੇਂਜ ਕਰਨਾ, ਥੱਲੇ ਵਾਲਾ ਹਿੱਸਾ ਨਹੀਂ ਚਾਹੀਦਾ ਮੈਨੂੰ, ਇਹੋ ਜਿਹਾ ਪੂਰਾ ਇੱਕੋ ਜਿਹਾ ਚਾਹੀਦਾ ਵੇ, ਵੀ ਡੂ ਐਵਰੀਥਿੰਗ ਫਰੋਮ ਟੋਪ ਟੂ ਬੋਟਮ, ਜੋ ਸਰਵਿਸ ਅਸੀਂ ਦਿੰਦੇ ਹਾਂ ਆਈ ਡੋਂਟ ਥਿੰਕ ਇੰਡੀਆ 'ਚ ਕਸਟਮਾਈਜ਼ ਕੋਈ ਕਰਵਾ ਸਕਦਾ ਵੇ। ਪੰਮੀ ਜੀ, ਤੁਹਾਡੇ ਕੋਲ ਵੀ ਕਸਟਮਰਸ ਆਉਂਦੇ ਹੋਣਗੇ, ਕੀ ਡਿਮਾਂਡ ਹੁੰਦੀ ਹੈ ਉਹਨਾਂ ਦੀ ਇੱਥੇ ਆ ਕੇ? ਸਭ ਤੋਂ ਜ਼ਿਆਦਾ ਕੁੜੀਆਂ ਦੀ ਇਹ ਹੁੰਦੀ ਹੈ ਕਿ ਉਹਨਾਂ ਨੂੰ ਜਿਵੇਂ ਚੋਲੀਆਂ, ਬਲਾਊਜ਼ ਦੀ ਚੋਲੀ ਡਿਫਰੈਂਟ ਕਲਰ ਦੀ ਚਾਹੀਦੀ ਹੈ, ਲਹਿੰਗਾ ਉਹਨਾਂ ਨੂੰ ਇਹ ਕਲਰ ਦਾ ਨਹੀਂ ਚਾਹੀਦਾ, ਉਹਨਾਂ ਨੂੰ ਰਿਵਰਸ ਚਾਹੀਦੀ ਹੈ, ਉਸ ਤਰ੍ਹਾਂ ਦੇ ਅਸੀਂ ਚੇਂਜਿਸ ਕਰਵਾ ਕੇ ਦਿੰਦੇ ਹਾਂ। ਲਹਿੰਗਾ ਨੂੰ ਜਿਵੇਂ ਉਹਨਾਂ ਨੂੰ ਅਨਾਰਕਲੀ ਚਾਹੀਦੀ ਹੈ ਉਹ ਕਰਵਾ ਕੇ ਦਿੰਦੇ ਹਾਂ, ਸੂਟਸ ਉਹਨਾਂ ਨੂੰ ਡਿਫਰੈਂਟ ਚਾਹੀਦੇ ਹੁੰਦੇ ਨੇ, ਹਰ ਤਰ੍ਹਾਂ ਦੀ ਫੈਸਿਲਿਟੀਜ਼ ਦਿੰਦੇ ਹਾਂ ਅਸੀਂ ਉਹਨਾਂ ਨੂੰ। ਰੋਨੀ, ਕਿੰਨੇ ਦੁੱਲੇ ਸਜਾਤੇ ਹਜੇ ਤੱਕ? I've lost count. ਤੇ ਇਹਦੇ ਬਈ ਮੁੰਡੇ ਦੇ ਕੋਲ ਜਵਾਬ ਨਹੀਂ ਹੈਗਾ, ਕਹਿੰਦੇ ਕਿ ਮੈਂ ਇੰਨੇ ਸਾਰੇ ਦੁੱਲੇ ਸਜਾ ਚੁੱਕਿਆ, ਆਪ ਦੁੱਲਾ ਬੜਿਆ ਨਹੀਂ ਬਣਿਆ, ਇਹ ਵੀ ਜਾਣਨ ਦੀ ਕੋਸ਼ਿਸ਼ ਕਰ ਲੈਂਦੇ ਹਾਂ? ਹਾਲੇ ਨਹੀਂ। ਸੋ ਆਪਣੀ ਵੀ ਤਿਆਰੀ ਹੁਣ ਨਾਲ ਨਾਲ ਰੱਖੀ ਹੋਈ ਹੈ ਕਿ ਨਹੀਂ? When the time. ਮੈਨੂੰ ਲੱਗਦਾ ਕਿ ਪਾਪਾ ਮੰਮੀ ਜ਼ਿਆਦਾ ਦੱਸਣਗੇ। On the way. ਬਸ ਅਸੀਂ next year we are planning to do. Okay. We were very open-minded that we understand what the Bengali community wants, what the Pakistani community wants, what the American guy who's getting married into the Indian community wants, and what the Indian community wants. Like, we understand, we're very, like, we follow up on the fashion. We know
what's in style, and we try to get him ready according to what's in style now, what's trending. ਦਰਸ਼ਕਾਂ ਨੂੰ ਇਹ ਵੀ ਦੱਸਦਾ ਕਿ ਰੋਨੀ ਦੇ ਕੋਲ ਸਿਰਫ ਆਪਣਾ ਇੰਡੀਆ ਜਿਹੜੇ ਭਾਈਚਾਰੇ ਦੇ ਲੋਕ ਨੇ ਉਹ ਨਹੀਂ ਆਉਂਦੇ, ਬਲ ਉਹ ਤਾਂ ਆਉਂਦੇ ਨੇ, ਉਸ ਤੋਂ ਇਲਾਵਾ ਜਿਹੜੇ ਗਾਇਨੀਜ਼ ਨੇ ਆਪਣੇ ਸ਼੍ਰੀਲੰਕਾ ਤੋਂ, ਮਤਲਬ ਏਸ਼ੀਆ ਦੀਆਂ ਜਿਹੜੀ ਕੰਟਰੀਜ਼ ਹੈਗੀਆਂ ਉਹਨਾਂ ਤੋਂ ਵੀ ਆਉਂਦੇ ਨੇ, ਖਾਸ ਤੌਰ 'ਤੇ ਜਿਹੜੇ ਸਾਡੇ ਅਮੈਰੀਕਨਸ ਨੇ ਉਹ ਰੋਨੀ ਦੇ ਕੋਲ ਸਪੈਸ਼ਲੀ ਆਉਂਦੇ ਨੇ, ਔਰ ਖਾਸ ਤੌਰ 'ਤੇ ਕੈਨੇਡਾ ਤੋਂ, UK ਤੋਂ, ਯੂਰੋਪ ਤੋਂ, ਇਸ ਕਰਕੇ ਆਉਂਦੇ ਨੇ ਕਿ ਦੇ ਰੋਨੀ ਦਾ ਟੇਸਟ ਜਿਹੜਾ ਉਹ ਆਪਣੇ ਆਪ 'ਚ ਡਿਫਰੈਂਟ ਹੈਗਾ ਜਦ ਉਹ ਇੱਕ ਲਾੜੇ ਨੂੰ ਤਿਆਰ ਕਰਦੇ ਹਨ, ਅਤੇ ਵਾਕਈ ਲੱਗਦਾ ਕਿ ਲਾੜਾ ਹੈਗਾ। ਅਤੇ ਭਾਜੀ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੇ ਆਪਣਾ ਸਫ਼ਰ ਕਿਸ ਤਰੀਕੇ ਨਾਲ ਸ਼ੁਰੂ ਕੀਤਾ, ਔਰ ਅੱਜ ਕਿੰਨਾ ਕੁ ਮਾਣ ਮਹਿਸੂਸ ਕਰਦੇ ਨੇ ਕਿ ਉਹ ਇਸ ਮੁਕਾਮ ਤੱਕ ਪਹੁੰਚੇ ਹਨ, ਔਰ ਸਾਡੇ ਨਵੀਂ ਪਨੀਰੀ ਨੂੰ ਯਾਨੀ ਕਿ ਯੂਥ ਨੂੰ ਵਟ ਮੈਸੇਜ ਦੇ ਵਾਂਟ ਟੂ ਡਿਲੀਵਰ। ਆਈ ਐਮ ਪ੍ਰਾਊਡ, ਵੈਰੀ ਮੱਚ ਪ੍ਰਾਊਡ, ਐਂਡ ਥੈਂਕਸ ਟੂ ਗੋਡ ਫੋਰ ਦੈਟ। 20 ਸਾਲ ਹੋ ਗਏ ਨੇ ਸਫ਼ਰ ਸ਼ੁਰੂ ਕੀਤਾ ਸੀ, 1998 'ਚ ਪਹਿਲਾ ਸਟੋਰ ਖੋਲ੍ਹਿਆ ਸੀ ਜੈਸ ਮੰਦਿਰ ਦੇ ਨਾਮ ਤੋਂ, ਅਤੇ ਆਫਟਰ ਦੈਟ ਵੀ ਟੁੱਕ ਦਿਸ ਵਨ ਐਂਡ ਦੈਨ ਨੈਕਸਟ ਵਨ, ਨਾਓ ਵੀ ਆਰ ਹੈਵਿੰਗ 3 ਸਟੋਰਸ ਐਂਡ ਵਿਦ ਗੋਡਸ ਗ੍ਰੇਸ ਵੀ ਆਰ ਡੂਇੰਗ ਵੈਰੀ ਗੁੱਡ। ਸਮਾਇਰਾ, ਸੋ ਹਾਓ ਦਿਸ ਕੇਮ, ਯੂ ਨੋ ਕੇਮ, ਹਾਓ ਦਿਸ ਨੇਮ ਕੇਮ ਇਨ ਯੋਰ ਮਾਈਂਡ? ਸਮਾਇਰਾ ਇਜ਼ ਲਾਈਕ ਇੱਕ ਐਸਾ ਨਾਮ ਹੈਗਾ ਵੀ ਜਿਹੜਾ ਪਾਕਿਸਤਾਨੀ ਨੂੰ ਵੀ ਅੱਛਾ ਲੱਗਦਾ ਹੋਵੇ, ਬੰਗਲਾਦੇਸ਼ੀ ਨੂੰ ਅੱਛਾ ਲੱਗਦਾ, ਐਂਡ ਸਭ ਤੋਂ ਵੱਡਾ ਇਹਦਾ ਨਾਮ ਦਾ ਮਤਲਬ ਬੜਾ ਅੱਛਾ ਹੋਵੇ, ਦੈਟ ਇਜ਼ ਇਨਚੈਂਟਿੰਗ ਗੋਡਸ ਨੇਮ। ਅਤੇ ਉਹ ਵਾਕਈ ਜਿਹੜਾ ਵੀ ਕੋਈ ਕਹਿੰਦਾ, ਕੋਈ ਕਹਿੰਦਾ ਤੁਸੀਂ ਨਾਮ ਕਿਵੇਂ ਪਸੰਦ ਚੂਜ਼ ਕੀਤਾ, ਅਸੀਂ ਸਾਰੀ ਫੈਮਲੀ ਨੇ ਬੈਠ ਕੇ ਇੱਕ ਵਾਰ ਕੀਤਾ ਸੀ ਕਿ ਨਾਮ ਕੀ ਹੋਵੇ ਨਵੇਂ ਸਟੋਰ ਦਾ, ਅਤੇ ਫਿਰ ਅਸੀਂ ਜਦੋਂ ਸਾਰਾ ਕੀਤਾ, ਸਭ ਨੇ ਡਿਸਾਈਡ ਕੀਤਾ ਨਾਮ, ਬਾਕੀ ਸਾਨੂੰ ਬੜਾ ਅੱਛਾ ਲੱਗਾ। ਇਨੀਸ਼ੀਅਲੀ ਜੇ ਤੁਸੀਂ ਸਟਾਰਟ ਕੀਤਾ ਸੀਗਾ, ਇਟ ਵਾਸ ਜੈਜ਼ ਮੰਦਿਰ, ਰਾਈਟ? ਤੇ ਉਹ ਉਸ ਟਾਈਮ ਕੀ ਪ੍ਰੈਜੈਂਸ ਆਫ ਮਾਈਂਡ ਚੱਲ ਰਿਹਾ ਸੀਗਾ ਕਿ ਤੁਸੀਂ ਜੈਜ਼ ਮੰਦਿਰ ਰੱਖਣਾ? ਉਦੋਂ ਜੈਜ਼ ਮੰਦਿਰ ਵਾਸ ਜਿਹੜੇ ਸਾਡੇ ਪਿਤਾ ਜੀ ਸਨ ਜਾਂ ਸਾਡੇ ਸਤਿਗੁਰ ਜੀ ਸਨ ਜਾਂ ਮਾਤਾ ਜੀ ਸਨ, ਉਹਨਾਂ ਨਾਮ ਤੋਂ ਜੈਜ਼ ਰੱਖਿਆ ਸੀ। ਅਤੇ ਉਸ ਤੋਂ ਬਾਅਦ ਫਿਰ ਥੋੜ੍ਹਾ ਚੇਂਜ ਆ ਗਿਆ, ਲੋਕ ਕਹਿੰਦੇ ਨੇ, ਕਈਆਂ ਨੂੰ ਕੰਪਲੇਂਟ ਆਉਂਦੀ ਕਿ ਅਸੀਂ ਸੋਚਿਆ ਸੀ ਮੰਦਿਰ ਹੈ ਕਾਵੇ, ਅਤੇ ਦੈਨ ਵੀ ਜਸਟ ਡਿਸਾਈਡ ਟੂ ਚੇਂਜ ਦਾ ਨੇਮ। ਕਿਉਂਕਿ ਮੈਨੂੰ ਪਤਾ ਹੈ ਕਿ ਇੱਥੇ ਜਿਹੜੇ ਲੋਕ 20 ਸਾਲ ਤੋਂ ਰਹਿ ਰਹੇ ਨੇ, ਦੇ ਨੋ ਅਬਾਊਟ ਜੈਜ਼ ਮੰਦਿਰ, ਉਸ ਨਾਮ ਨੂੰ ਹਜੇ ਤੱਕ ਵੀ ਜਾਣਦੇ ਹਨ, ਅੱਜ ਵੀ ਇਹੋ ਹੀ ਕਹਿੰਦੇ ਸਾਨੂੰ ਕਿ ਅਸੀਂ ਜੈਜ਼ ਮੰਦਿਰ ਵਾਲੋਂ ਕੇ ਪਾਸ ਆਏ ਹਾਂ। ਸਾਡੇ ਇੰਡੀਆ ਵੇ ਜਿਹੜੇ ਪੁਰਾਣੇ ਚੱਲ ਰਹੇ ਨੇ ਉਹ ਵੀ ਸਾਨੂੰ ਜੈਜ਼ ਮੰਦਿਰ ਦੇ ਨਾਮ ਤੋਂ ਹੀ ਜਾਣਦੇ ਨੇ। ਕੂਲ ਕੂਲ। ਅਤੇ ਦੇਖੋ ਜੀ, ਇਹ ਪਰਿਵਾਰ ਬਹੁਤ ਜ਼ਿਆਦਾ ਐਕਸਾਈਟਡ ਵੀ ਹਨ ਕਿ ਇਹ ਨਾਲ ਇੱਕ ਪਰਿਵਾਰ ਦੇ ਵਾਂਗ ਕੰਮ ਵੀ ਕਰਦੇ ਹਨ, ਆਪਣੇ ਬਿਜ਼ਨਸ ਨੂੰ ਵੀ ਟਾਈਮ ਦਿੰਦੇ ਹਨ, ਆਪਣੀ ਪਰਸਨਲ ਲਾਈਫ ਨੂੰ ਵੀ ਟਾਈਮ ਦਿੰਦੇ ਹਨ, ਔਰ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਡਿਫਰੈਂਟ ਡਿਫਰੈਂਟ ਇਹਨਾਂ ਦੇ ਆਊਟਲੈਟਸ ਹੈਗੇ ਨੇ। ਇੱਕ ਬ੍ਰਾਈਡਲ ਵੀਅਰ ਹੈਗਾ, ਇੱਕ ਮੈਨਸ ਵੀਅਰ ਹੈਗਾ, ਹਿਕਸਵਿਲ ਦੀ ਬ੍ਰੌਡਵੇ ਰੋਡ ਦੇ ਉੱਤੇ ਇਸ ਆਊਟਲੈਟ ਨੇ ਵਾਕਈ ਹੀ ਸਭ ਤੋਂ ਹਟ ਕੇ ਕੰਮ ਕੀਤਾ ਹੈ, ਔਰ ਸਭ ਤੋਂ ਵੱਡੀ ਜਿਹੜੀ ਮਿਸਾਲ ਇਸ ਪਰਿਵਾਰ ਨੇ ਅੱਜ ਇੱਕ ਪੰਜਾਬੀ ਕਮਿਊਨਿਟੀ ਲਈ ਪੇਸ਼ ਕੀਤੀ ਹੈ, ਆਪਸੀ ਸਾਂਝ, ਆਪਸੀ ਭਾਈਚਾਰਾ, ਔਰ ਆਪਸ ਦੇ ਵਿੱਚ ਕੰਮ ਕਰਕੇ ਇੱਕ ਤਾਂ ਫੈਮਲੀ ਜਿਹੜੀ ਹੈ ਉਹ ਯੂਨਾਈਟ ਰਹਿੰਦੀ ਹੈ, ਅਤੇ ਨਾਲ ਬਿਜ਼ਨਸ ਦੇ ਵਿੱਚ ਵੀ ਅੱਗੇ ਵਧੀ ਹੈ। ਤਾਂ ਹੀ ਕਹਿੰਦੇ ਨੇ ਨਾ, ਲੰਬੀਆਂ ਕੋਠੀਆਂ ਅਤੇ ਕਾਰਾਂ ਐਵੇਂ ਨਹੀਂ ਬਣਦੀਆਂ। ਇਸ ਪਰਿਵਾਰ ਦੇ ਨਾਲ ਦੇਖੋ ਤੁਸੀਂ, ਇਸ ਪਰਿਵਾਰ ਦੀ ਅੱਖਾਂ ਦੇ ਅੱਖਾਂ ਪਾ ਕੇ ਦੇਖੋ, ਇਕੱਠੇ ਰਹੋਗੇ ਤਾਂ ਬਣਦੀ ਹੈ। ਹੋਰ ਕਰਦੇ ਹਾਂ ਇਸ ਆਊਟਲੈਟ ਦਾ ਸਫ਼ਰ ਇਸ ਬਿਜ਼ਨਸ ਆਫ ਦਾ ਵੀਕ ਦੇ ਵਿੱਚ। ਚਲੋ ਜੀ, ਵਕਫੇ ਤੋਂ ਬਾਅਦ ਸਵਾਗਤ ਹੈ ਜੀ ਸਾਰੇ ਦਰਸ਼ਕਾਂ ਦਾ। ਦਰਸ਼ਕ ਜਿਹੜੇ ਨੇ ਉਹਨਾਂ ਨੂੰ ਹੁਣ ਮੈਂ ਮੁਖਾਤਿਬ ਕਰਾਉਣਾ ਕਿ ਜਿਹੜੇ ਗ੍ਰਾਹਕ ਸਮਾਇਰਾ ਬ੍ਰਾਈਡਲ ਦੇ ਵਿੱਚ, ਇਸ ਗਰੁੱਪ ਦੇ ਵਿੱਚ ਆ ਕੇ ਆਪਣੀ ਜਿਹੜੀ ਦੁਕਾਨਦਾਰੀ ਹੈ, ਜਿਹੜੀ ਆਪਣੀ ਸ਼ੋਪਿੰਗ ਹੈ, ਉਹ ਕੀ ਕਰਦੇ ਨੇ, ਉਹ ਵੀ ਆਪਾਂ ਦਰਸ਼ਕਾਂ ਨੂੰ ਦੱਸ ਦਈਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਨਾਂ? ਕੁਸੁਮ। ਕੁਸੁਮ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਨਾਂ? ਮੇਰਾ ਨਾਮ ਰਣਜੀਤ ਪਾਟੀਆ ਜੀ। ਰਣਜੀਤ ਪਾਟੇ ਜੀ, ਦੋਨਾਂ ਨੂੰ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਮਿਠਾਈ ਦਾ ਡੱਬਾ ਕਿਸ ਲਈ ਲੈ ਕੇ ਆਏ ਹੋ? ਮੈਂ ਨਹੀਂ ਖਾਣੀ ਜੀ ਮਿਠਾਈ, ਮਿਠਾਈ ਕਿਸ ਲਈ ਲੈ ਕੇ ਆਏ ਹੋ? ਸਾਡੇ ਮੁੰਡੇ ਦਾ ਵਿਆਹ ਪੱਕਾ ਹੋ ਗਿਆ, ਤੇ ਅਸੀਂ ਆਪਣੀ ਡਾਟਰ ਇਨ ਲਾਅ ਵਾਸਤੇ ਆਊਟਫਿਟਸ ਲੈਣ ਵਾਸਤੇ ਆਏ ਆ। ਓਹੋ, ਕੀ ਬਾਤ ਹੈ ਜੀ, ਵਧਾਈਆਂ ਜੀ, ਬਹੁਤ-ਬਹੁਤ ਵਧਾਈਆਂ। ਵਿਆਹ ਤੇ ਮੈਨੂੰ ਜ਼ਰੂਰ ਬੁਲਾਣਾ। ਸ਼ੋਰ, ਆਫ ਕੋਰਸ। ਤੇ ਸਭ ਤੋਂ ਖਾਸ ਗੱਲ, ਸਮਾਇਰਾ ਦੇ ਵਿੱਚ ਆ ਕੇ ਤੁਹਾਨੂੰ ਕੀ ਲੱਗਦੀ ਹੈ? ਤੁਸੀਂ ਡਾਟਰ ਇਨ ਲਾਅ ਦੇ ਲਈ ਜਿਵੇਂ ਦੱਸ ਰਹੇ ਨੇ, ਤੁਸੀਂ ਲੈਣਾ ਹੈ ਉਹ ਡਰੈਸ, ਅਤੇ ਕਿੰਨੇ ਟਾਈਮ ਤੋਂ ਇੱਥੇ ਆ ਰਹੇ ਹੋ ਔਰ ਕੀ ਲੈ ਕੇ ਜਾਓਗੇ ਅੱਜ? ਇਫ ਆਈ ਐਮ ਨਾਟ ਰੋਂਗ, ਅਸੀਂ ਇੱਥੇ 1999 ਤੋਂ ਆ ਰਹੇ ਹਾਂ, ਐਂਡ ਦ ਬੈਸਟ ਥਿੰਗ ਅਬਾਊਟ ਦੀਸ ਪੀਪਲ, ਦੇ ਬੀਨ ਚੇਂਜਿੰਗ ਵਿਦ ਦ ਟਾਈਮ, ਲਾਈਕ ਐਵਰੀ ਟਾਈਮ ਯੂ ਨੋ ਦੇ ਗਰੋ, ਦੇ ਚੇਂਜ ਵਿਦ ਦ ਟਾਈਮ, ਸੋ ਦੈਟਸ ਵਟ ਬ੍ਰਿੰਗਸ ਯੂ ਹੇਅਰ। ਵੈਰੀ ਨਾਈਸ, ਥੈਂਕ ਯੂ ਜੀ। ਆਓ ਜੀ, ਆਓ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜੀ ਕਿਹੜੀ ਡਰੈਸਾਂ ਤੁਸੀਂ ਲੈਣੀ ਹੈ। ਥੈਂਕ ਯੂ ਜੀ। ਪਹਿਲੇ ਤਾਂ ਮੂੰਹ ਮਿੱਠਾ ਕਰ ਜੀ। ਹਾਂਜੀ, ਕਿਸ ਲਈ ਜੀ, ਕਿਸ ਖੁਸ਼ੀ ਜੀ? ਅਸੀਂ ਆਸ਼ੀ ਦਾ ਰੋਕਾ ਕਰ ਦਿੱਤਾ, ਤੇ ਮੇਰੀ ਨੂਰਾਨੀ ਵਾਸਤੇ ਵਧੀਆ ਜਿਹਾ ਸੂਟ ਦਿਖਾ ਤੇ ਮੇਰੇ ਵਾਸਤੇ। ਕੰਗ੍ਰੈਟਸ, ਬਹੁਤ ਖੁਸ਼ੀ ਦੀ ਗੱਲ ਹੈ। ਤੇ ਕੀ ਦਿਖਾਈਏ ਬਹੂ ਰਾਣੀ ਵਾਸਤੇ, ਤੁਹਾਡੇ ਵਾਸਤੇ, ਆਸ਼ੀ ਵਾਸਤੇ, ਕੀ ਦਿਖਾਈਏ?
ਤੁਹਾਡੇ ਕੋਲ ਜਿਹੜੀ ਬੈਸਟ ਡਰੈਸ ਹੈਗੀ ਹੈ ਦੈਟਸ ਵਾਟ ਆਈ ਵਾਂਟ ਟੂ ਗੈਟ ਫਰ ਮਾਈ ਡਾਟਰ ਸ਼ੋਰ 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 ਸੋ ਵਾਟ ਇਜ਼ ਵਟ ਐਵਰ ਇਜ਼ ਲੇਟੈਸਟ ਪਹਿਲੇ ਡਰੈਸ ਦਿਖਾਓ ਉਸ ਤੋਂ ਬਾਅਦ ਅਸੀਂ ਜੁਐਲਰੀ ਦੀ ਗੱਲ ਕਰਾਂਗੇ ਠੀਕ ਹੈ ਜੀ ਹਾਂਜੀ ਜਿਵੇਂ ਮੈਨੂੰ ਤਿਆਰ ਕਰਦੇ ਹੋ ਉਸੇ ਤਰ੍ਹਾਂ ਮੇਰੀ ਡਾਟਰ ਇਨ ਲਾਅ ਨੂੰ ਤਿਆਰ ਕਰਨਾ ਜ਼ਰੂਰ ਠੀਕ ਹੈ ਕੀ ਬਾਤ ਹੈ ਜੀ ਬੱਲੇ 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 ਐ ਤੇ ਕਮਾਲ ਕਰਤੀ ਪੰਮੀ ਜੀ ਇਹ ਜੇ ਭਾਜੀ ਕਮਾਲ ਕਰਤੀ ਬਹੁਤ ਹੀ ਸੋਹਣੀ ਡਰੈਸ ਹੈ ਕੁੜੀ ਬਹੁਤ ਸੋਹਣੀ ਲੱਗ ਰਹੀ ਹੈ ਤੇ ਜਿਵੇਂ ਆਪਾਂ ਦੱਸਿਆ ਸੀਗਾ ਆਪਣੇ ਦਰਸ਼ਕਾਂ ਨੂੰ ਕਿ ਇਹ ਉਹ ਪਲੇਸ ਹੈ ਜਿੱਥੇ ਆ ਕੇ ਲਾੜੇ ਨੂੰ ਤੇ ਲਾੜੀ ਨੂੰ ਇੱਕ ਅਜਿਹੀ ਡਰੈਸ ਪਹਿਨਾਉਂਦੇ ਹਨ ਜੋ ਕਿ ਫੈਸ਼ਨ ਦੇ ਵਿੱਚ ਹੈ ਔਰ ਫਿਰ ਉਸ ਤੋਂ ਬਾਅਦ ਲੱਗਦਾ ਵਾਕਈ ਕਿ ਸੂਟ ਸੂਟ ਕਰਦਾ ਤੇ ਇਹ ਜੇ ਭਾਜੀ ਮੈਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹ ਕਿਹੜੀ ਡਰੈਸ ਹੈ ਔਰ ਫੈਸ਼ਨ ਦੇ ਵਿੱਚ ਹੈ ਇਨ ਹੈ ਅਤੇ ਕਿਸ ਤਰੀਕੇ ਨਾਲ ਡਿਜ਼ਾਇਨ ਕੀਤੀ ਆ ਇਹ ਸਾਰਾ ਜੀ ਡੋਰੀ ਵਰਕ ਹੈਗਾ ਵੇ ਲਿਸ ਪੌਲ ਦਾ ਡਿਜ਼ਾਇਨ ਕੀਤਾ ਹੋਇਆ ਦੇ ਆਰ ਵੈਰੀ ਗੁੱਡ ਡਿਜ਼ਾਇਨਰਸ ਐਂਡ ਵੀ ਲਵ ਦੈਮ ਉਹਨਾਂ ਦਾ ਸਮਾਨ ਆਉਂਦਾ ਬਾਅਦ ਵਿੱਚ ਇਹ ਵਿਕਦਾ ਪਹਿਲੇ ਵੇ ਇਟਸ ਲਾਈਕ ਦੈਟ ਅਤੇ ਜੋ ਜੋ ਡਿਜ਼ਾਇਨਿੰਗ ਕਰਦੇ ਨੇ ਵੀ ਲਵ ਇਟ ਐਂਡ ਵੀ ਸੈਲ ਇਟ ਲਾਈਕ ਹੋਟ ਕੇਕਸ ਅਤੇ ਪੰਮੀ ਜੀ ਜਿਵੇਂ ਹੁਣ ਦਰਸ਼ਕ ਦੇਖ ਪਾ ਰਹੇ ਹੋਣਗੇ ਬਾਕੀ ਬਾ ਕਮਾਲ ਡਰੈਸ ਹੈਗੀ ਹੈ ਜੀ ਮਜ਼ਾ ਆ ਗਿਆ ਡਰੈਸ ਨੂੰ ਵੇਖ ਕੇ ਅਤੇ ਕੀ ਟੇਸਟ ਹੈਗਾ ਇੱਥੇ ਜੋ ਤੁਹਾਡੇ ਕੋਲ ਕਸਟਮਰਸ ਆਉਂਦੇ ਹਨ ਔਰ ਤੁਸੀਂ ਉਹਨਾਂ ਦੀ ਟੇਸਟ ਨੂੰ ਕਿਸ ਤਰੀਕੇ ਨਾਲ ਪਹੁੰਚਾਉਂਦੇ ਹੋ ਹਾਂਜੀ ਕਈ ਕਸਟਮਰਾਂ ਨੂੰ ਪਸੰਦ ਹੁੰਦਾ ਵੇ ਸਿੰਪਲ ਸੂਟ ਪਸੰਦ ਹੁੰਦੇ ਨੇ ਉਹਨਾਂ ਨੂੰ ਸਿੰਪਲ ਦਿਖਾ ਦਿੰਦੇ ਹਾਂ ਕਈਆਂ ਨੂੰ ਅੱਜ ਕੱਲ੍ਹ ਕਸ਼ਮੀਰੀ ਪਸੰਦ ਹੈ ਕਈਆਂ ਨੂੰ ਲਖਨਵੀ ਪਸੰਦ ਹੈ ਉਸੇ ਟਾਈਪ ਦਾ ਉਹਨਾਂ ਨੂੰ ਦਿਖਾ ਦਿੰਦੇ ਹਾਂ ਜਿਵੇਂ ਜਿਵੇਂ ਕਸਟਮਰਾਂ ਦਾ ਟੇਸਟ ਹੁੰਦਾ ਉਸ ਤਰ੍ਹਾਂ ਦਾ ਉਹਨਾਂ ਨੂੰ ਦੇ ਦੇਈਦਾ ਅਤੇ ਇਸ ਆਊਟਲੈਟ ਨੂੰ ਵੇਖ ਕੇ ਲੱਗ ਰਿਹਾ ਜੀ ਕਿ ਤੁਸੀਂ ਸਿਰਫ ਗੱਡੀ ਤੋਂ ਉਤਰਨਾ ਆਪਣੇ ਜਿਹੜੇ ਵੀ ਕੱਪੜਿਆਂ ਤੋਂ ਤੁਸੀਂ ਆ ਰਹੇ ਹੋ ਕੋਈ ਗੱਲ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਇੱਥੇ ਤੁਹਾਨੂੰ ਕੱਪੜੇ ਵੀ ਮਿਲਣਗੇ ਅਤੇ ਉਸ ਤੋਂ ਬਾਅਦ ਤੁਹਾਨੂੰ ਇੱਥੇ ਜੁਐਲਰੀ ਵੀ ਮਿਲੇਗੀ ਤਾਂ ਸੱਜ ਕੇ ਇੱਕ ਹੀ ਦੁਕਾਨ ਇੱਕ ਹੀ ਛੱਤ ਦੇ ਥੱਲੇ ਤੁਸੀਂ ਸੱਜ ਕੇ ਜਾਓਗੇ ਤਾਂ ਸਿੱਧਾ ਜਾ ਕੇ ਤੁਸੀਂ ਆਨੰਦ ਕਾਰਜ ਕਰਾਉਣਾ ਘਬਰਾਉਣ ਦੀ ਲੋੜ ਨਹੀਂ ਹੈ ਆ ਜਾਓ ਸਿੱਧਾ ਹਿਕਸਵਿਲ ਦੇ ਵਿੱਚ ਸਮਾਇਰਾ ਜਿੱਥੇ ਤੁਹਾਨੂੰ ਇੱਕ ਹੀ ਛੱਤ ਦੇ ਥੱਲੇ ਸਾਰੀ ਫੈਸਿਲਿਟੀਜ਼ ਮਿਲਣਗੀ ਅਤੇ ਮੈਂ ਤਾਂ ਬਹੁਤ ਐਕਸਾਈਟਿਡ ਹਾਂ ਹੁਣ ਕੀ ਤੁਸੀਂ ਐਕਸਾਈਟਿਡ ਹੋ ਕਿ ਹੁਣ ਆਪਾਂ ਇਹਨਾਂ ਨੂੰ ਪਹਿਨਾਵਾਂਗੇ ਨੈਕਲੈਸ ਔਰ ਦੇਖਾਂਗੇ ਕਿ ਸੂਟ ਤੋਂ ਬਾਅਦ ਨੈਕਲੈਸ ਕੀ ਕਮਾਲ ਦਿਖਾਉਂਦਾ ਹੈ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਪਿਆਰ ਦੇਖੋ ਜੀ ਪ੍ਰੋਪਰ ਪਟੋਲਾ ਨਖਰਾ ਸਵੈਗ ਸੂਟ ਪਟਿਆੜਾ ਸ਼ਾਹੀ ਚੁੰਨੀ ਇਹਨਾਂ ਦੀ ਬਲੈਕ ਅਤੇ ਬਹੁਤ ਖੁਸ਼ ਨੇ ਕੁਸਮ ਜੀ ਅਤੇ ਨਾਲ ਅੱਜ ਐਕਸਾਈਟਿਡ ਨੇ ਕਿ ਆਪਣੇ ਡਾਟਰ ਇਨ ਲਾਅ ਨੂੰ ਨੈਕਲੈਸ ਵੀ ਬਣਾ ਰਹੇ ਨੇ ਔਰ ਬਹੁਤ ਬਾ ਕਮਾਲ ਡਰੈਸ ਹੈ ਜਿਹੜੀ ਭਾਅ ਜੀ ਨੇ ਇਹਨਾਂ ਨੂੰ ਦਿੱਤੀ ਹੈ ਪੰਮੀ ਜੀ ਨੇ ਔਰ ਅਜੇ ਭਾਅ ਜੀ ਨੇ ਅਤੇ ਕੁਸਮ ਜੀ ਹੁਣ ਨੈਕਲੈਸ ਵੀ ਤੁਸੀਂ ਪਵਾਤਾ ਪੂਰੀ ਰੇੜੀ ਹੈਗੇ ਨੂਰ ਆਣੀ ਤੁਹਾਡੀ ਕਿੰਨੇ ਕੁ ਐਕਸਾਈਟਿਡ ਹੋ ਹੁਣ ਸਿੱਧਾ ਲੈ ਜਾਓਗੇ ਸਿੱਧਾ ਆਈ ਐਮ ਰੈਡੀ So anytime, yes. Okay. ते dress जेड़ी है तो भी final हो गई है necklace भी हो गया सब कुछ final हो गया हुन की होर रह गया जेड़ी shopping तुसी चाहने हो कि होर आपां इस outlet तो करके जाइए हुन मैं अपने वास्ते jewelry देखनी है नाले एदे वास्ते shoes देखने ने to match the outfit okay. and then my husband of course दर्शकां नूं जरूर दसो साडे कि ਇੱਕ ਤਾਂ ਜਿਹੜੀ ਡਰੈਸ ਅੱਜ ਸਿਲੈਕਟ ਕੀਤੀ ਹੈ ਤੁਸੀਂ ਇੱਥੇ ਨੈਕਲੈਸ ਵੀ ਸਿਲੈਕਟ ਹੋ ਗਿਆ ਸਭ ਕੁਝ ਸਿਲੈਕਟ ਹੋ ਗਿਆ ਅਤੇ ਹੁਣ ਤੁਸੀਂ ਵੀ ਆਪਣੀ ਸ਼ੋਪਿੰਗ ਕਰਨੀ ਹੈ ਉਹ ਵੀ ਆਪਾਂ ਦਰਸ਼ਕਾਂ ਨੂੰ ਦਿਖਾਵਾਂਗੇ ਲੇਕਿਨ ਹਾਊ ਮਚ ਯੂ ਆਰ ਐਕਸਾਈਟਿਡ ਫਾਰ ਯੂਰ ਡਾਟਰ ਇਨ ਲਾਅ ਆਲਵੇਜ਼ ਐਕਸਾਈਟਿਡ ਫਾਰ ਹਰ ਐਂਡ ਸ਼ੀ ਇਜ਼ ਦਾ ਯੂ ਨੋ ਲਾਈਕ ਬਲੈਸਿੰਗ ਫਾਰ ਅਸ ਸੋ ਵੀ ਹੋਪ ਇਟ ਗੋਜ਼ ਦਾ ਸੇਮ ਵੇ ਫਾਰ ਟਿਲ ਐਂਡ ਐਂਡ ਥੈਂਕਸ ਗੋਡ ਫਾਰ ਐਵਰੀਥਿੰਗ ਓਕੇ ਅਤੇ ਹੁਣ ਥੋੜ੍ਹੀ ਜਿਹੀ ਆਪਾਂ ਲਾੜੀ ਦੇ ਨਾਲ ਵੀ ਗੱਲ ਕਰ ਲਈਏ ਉਹ ਕਿੰਨੀ ਕੁ ਐਕਸਾਈਟਿਡ ਹੈਗੀ ਹੈ ਹਾਊ ਮਚ ਐਕਸਾਈਟਿਡ ਯੂ ਆਰ ਐਂਡ ਵਟ ਯੂ ਹੈਵ ਟੂ ਸੇ ਫਾਰ ਯੂਰ ਪੇਰੈਂਟਸ ਆਈ ਐਮ ਸੋ ਐਕਸਾਈਟਿਡ ਐਂਡ ਆਈ ਕੈਨਟ ਵੇਟ ਟੂ ਬੀ ਪਾਰਟ ਆਫ ਫੈਮਿਲੀ ਦੇਖੋ ਜੀ ਅਤੇ ਇਹ ਇਸ ਆਊਟਲੈਟ ਦੇ ਛੱਤ ਦੇ ਥੱਲੇ ਤੁਸੀਂ ਪਿਆਰ ਵੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਹੁੰਦਾ ਕਿਉਂਕਿ ਆਪਣੇ ਡਾਟਰ ਇਨ ਲਾਅ ਨੂੰ ਖਾਸ ਤੌਰ 'ਤੇ ਇਸ ਆਊਟਲੈਟ ਦੇ ਵਿੱਚ ਲੈ ਕੇ ਆਇਆ ਜਾਂਦਾ ਔਰ ਏਜੇ ਭਾਅ ਜੀ ਔਰ ਪੰਮੀ ਜੀ ਦੀ ਇਹ ਵਿਜ਼ਨ ਹੈਗਾ ਉਹਨਾਂ ਦਾ ਟੀਚਾ ਕਿ ਅਸੀਂ ਇੱਥੋਂ ਹੀ ਨੂੰਹ ਰਾਣੀ ਨੂੰ ਯਾਨੀ ਕਿ ਜਿਨ੍ਹਾਂ ਦੀ ਨੂੰਹ ਰਾਣੀ ਹੈ ਉਹਨਾਂ ਨੂੰ ਤਿਆਰ ਕਰਕੇ ਭੇਜੀਏ ਔਰ ਜਿਹੜੀ ਫੈਮਿਲੀ ਹੈ ਉਹ ਖੁਸ਼ ਰਹੇ ਤਾਂ ਕਿ ਉਹਨਾਂ ਨੂੰ ਯਾਦ ਰਹੇ ਕਿ ਮੈਂ ਡਰੈਸ ਖਰੀਦੀ ਸੀਗੀ ਕਿਸ ਤੋਂ ਕਿਸ ਤੋਂ ਹੁਣ ਤਾਂ ਤੁਹਾਨੂੰ ਵੀ ਪਤਾ ਚੱਲ ਗਿਆ ਹੋਵੇਗਾ ਕਿਸ ਤੋਂ ਜੇ ਲਓ ਜੀ ਸਮਾਇਰਾ ਬ੍ਰਾਈਡਲ ਦੀ ਤਾਂ ਗੱਲ ਹੋ ਗਈ ਹੁਣ ਸਮਾਂ ਜੀ ਸਮਾਇਰਾ ਮੈਨ ਬਾਰੇ ਗੱਲ ਕਰਨ ਦਾ ਅਤੇ ਅਸੀਂ ਹੁਣ ਸਮਾਇਰਾ ਮੈਨ ਯਾਨੀ ਕਿ ਰੋਨੀ ਦੇ ਆਊਟਲੈਟ ਦੇ ਵਿੱਚ ਹਾਂ ਰੋਨੀ ਇਹਨਾਂ ਨੂੰ ਖਾਸ ਤੌਰ 'ਤੇ ਸੰਭਾਲਦੇ ਹਨ ਰੋਨੀ ਨਾਲ ਵੀ ਮੁਲਾਕਾਤ ਕਰਾਵਾਂਗੇ ਲੇਕਿਨ ਰੋਨੀ ਦੇ ਕੋਲ ਪਹੁੰਚੇ ਉਹਨਾਂ ਦੇ ਪਰਮਾਨੈਂਟ ਗ੍ਰਾਹਕ ਵੀ ਇੱਥੇ ਪਹੁੰਚੇ ਹੋਏ ਨੇ ਸਨੀ ਹੀ ਲਿਵਸ ਹੇਅਰ ਇਨ ਹੈਕਸਵੈਲ ਐਂਡ ਹੀ ਕਮ ਯੂ ਨੋ ਐਵਰੀ ਟਾਈਮ ਟੂ ਬਾਏ ਸਮਥਿੰਗ ਇਫ ਹੀ ਵਾਂਟ ਟੂ ਵੀਅਰ ਸਮਥਿੰਗ ਐਥਨਿਕ ਅਤੇ ਮੇਰੇ ਨਾਲ ਮੌਜੂਦ ਨੇ ਸਨੀ ਬਟ ਹੀ ਵਾਂਟ ਟੂ ਸੇਵ ਫੋਰ ਰੋਨੀ ਫਸਟ ਐਂਡ ਬਟ ਹੀ ਵਾਂਟ ਟੂ ਸੇਵ ਫੋਰ ਸਾਇਰਾ ਮੈਨ ਹੱਜ ਕੁਝ ਡਰੈਸਿਸ ਪਸੰਦ ਕੀਤੀਆਂ ਹੋਈਆਂ ਘਰ ਲੈ ਕੇ ਜਾ ਰਹੇ ਨੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨੇ ਕੁ ਐਕਸਾਈਟਿਡ ਨੇ ਸਨੀ ਵਟ ਯੂ ਵਾਂਟ ਟੂ ਸੇ ਟੂ ਆਰ ਵਿਊਅਰਸ ਫੋਰ ਰੋਨੀ ਐਂਡ ਫੋਰ ਸਮਾਇਰਾ ਮੈਨ
Virji, Jadvi, whenever I have an Indian event, I only think of my friend Ronnie. They treat me like family here, and they have a design for every occasion, small or big. So what do you generally buy here? They have ranged from kurtes, sherwanis, something more extravagant, something less extravagant, a little bit for everyone. So what are you buying today? I was wearing this pug, and all of a sudden I noticed this kurta that just happened to fit my entire outfit perfectly. So you know this is matching something with your turban. So ek main darshakan nu itthe zarur dass dava ki Ronnie khud gursikh ne, unna nu pata hai ki gursikhan yani ki sada taste ki hega, punjabiyan da taste ki hega, te oh pug di match vi jehdi hai oh vi is outlet de vich karaunde han. Pug to leke sherwani to leke jutti tak Ronnie nu pata hunda hai ki kinnu ki suit karega. Aao hun tuhanu mukhatib karane aa Samaira Man. Aur jad Samaira Man da naam aunda hai ta zehen de vich aunda hai ਰੋਨੀ. ਆਓ ਮਿਲਵਾਈਏ ਰੋਨੀ ਦੇ ਨਾਲ. ਸੋ ਜਿਵੇਂ ਮੈਂ ਆਪਣੇ ਦਰਸ਼ਕਾਂ ਨੂੰ ਦੱਸਿਆ ਸੀਗਾ ਜੀ ਕਿ ਤੁਸੀਂ ਇਸ ਆਊਟਲੈਟ ਦੇ ਵਿੱਚ ਆਓਗੇ, ਚਾਹੇ ਤੁਸੀਂ ਬ੍ਰਾਈਡਲ ਆਊਟਲੈਟ ਦੇ ਵਿੱਚ ਜਾਓ ਤਾਂ, ਚਾਹੇ ਤੁਸੀਂ ਮੈਨ ਆਊਟਲੈਟ ਦੇ ਵਿੱਚ ਜਾਓ. ਸਮਾਇਰਾ ਦੇ ਵਿੱਚ ਪਹੁੰਚੋਗੇ ਤਾਂ ਦੋਨਾਂ ਦੇ ਲਈ, ਯਾਨੀ ਕਿ ਲਾੜੇ ਦੇ ਲਈ ਅਤੇ ਲਾੜੀ ਦੇ ਲਈ, ਦੋਵੇਂ ਆ ਕੇ ਇੱਥੇ ਆਪਣੀ ਡਰੈਸ ਨੂੰ ਪਸੰਦ ਕਰਦੇ ਹਨ, ਆਪਣੇ ਘਰਦਿਆਂ ਦੇ ਨਾਲ ਆਉਂਦੇ ਹਨ. ਅਤੇ ਅਜੇ ਭਾਅ ਜੀ ਅਤੇ ਰੋਨੀ ਭਾਅ ਜੀ, ਇੱਥੇ ਇਹਨਾਂ ਦਾ ਟੀਚਾ ਹੈ ਕਿ ਅਸੀਂ ਆਪਣੇ ਆਏ ਹੋਏ ਗ੍ਰਾਹਕਾਂ ਨੂੰ ਇੱਕ ਛੱਤ ਦੇ ਥੱਲੇ ਤਿਆਰ ਕਰਕੇ ਭੇਜੀਏ. ਤਾਂ ਹੁਣ ਜੀ ਦੋਨੋਂ ਆਨੰਦ ਕਾਰਜ ਲਈ ਤਿਆਰ ਹਨ, ਔਰ ਬਹੁਤ ਜਲਦ ਇੱਕ ਦੂਜੇ ਦਾ ਜਿਹਨਾਂ ਨੇ ਨਵੇਂ ਹੱਥ ਫੜਿਆ ਹੋਇਆ ਨਾ, ਇਹ ਹੁਣ ਜ਼ਿੰਦਗੀ ਭਰ ਫੜਨਗੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਯਾਦ ਰੱਖਣਗੇ ਕਿ ਆਪਾਂ ਸਮਾਇਰਾ ਤੋਂ ਡਰੈਸ ਲੈ ਗਏ ਸੀਗੇ. ਸੋ ਯੂ ਐਕਸਾਈਟਿਡ ਫੋਰ ਦ ਡਰੈਸ? ਯੈਸ, ਆਮ ਸੋ ਐਕਸਾਈਟਿਡ. ਯੂ? Yes, so excited. We look great. So what do you want to say for Samaira Mains and what do you want to say for Samaira Battle? First, you. I've truly never seen anything of this stature. I've never seen at any party. I'm excited to show up in it. Cool. What do you want to say for Samaira Battle? I'm so happy that we chose Samaira Bridal for our wedding because we look awesome. ਕਿਆ ਬਾਤ ਹੈ ਜੀ, ਇਹਨਾਂ ਦਾ ਵਿਆਹ ਹੋਣ ਵਾਲਾ ਤੇ ਬਹੁਤ ਜ਼ਿਆਦਾ ਐਕਸਾਈਟਿਡ ਨੇ. ਧੰਨਵਾਦ ਕਰ ਰਹੇ ਨੇ ਸਮਾਇਰਾ ਮੈਨਸ ਔਰ ਸਮਾਇਰਾ ਬ੍ਰਾਈਡਲ. ਜਦ ਨਾ ਆਉਂਦਾ ਸਮਾਇਰਾ ਮੈਨ ਦਾ ਤਾਂ ਰੋਨੀ ਭਾਅ ਜੀ, ਔਰ ਜਦ ਸਮਾਇਰਲ ਬ੍ਰਾਈਡਲ ਦਾ ਔਰ ਚਾਹੇ ਸਮਾਇਰਾ ਮੈਨਸ ਦਾ ਤਾਂ ਅਜੇ ਭਾਅ ਜੀ ਵਨ ਮੈਨ ਸ਼ੋਅ ਨੇ. ਅਤੇ ਕਹਿੰਦੇ ਦੋਸਤੋ, ਡਾਕਟਰ ਨੂੰ ਜਿਵੇਂ ਦਵਾਈ ਦੇ ਬਾਰੇ ਪਤਾ ਹੁੰਦਾ ਨਾ, ਔਰ ਮੋਚੀ ਨੂੰ ਜੁੱਤੀ ਬਾਰੇ ਪਤਾ ਹੁੰਦਾ, ਅਤੇ ਨਾਲ ਆਪਣੀ ਮਾਂ ਨੂੰ ਪੁੱਤ ਬਾਰੇ ਪਤਾ ਹੁੰਦਾ, ਅਤੇ ਐਵੇਂ ਹੀ ਰੋਨੀ ਨੂੰ ਲਾੜੇ ਬਾਰੇ ਪਤਾ ਹੁੰਦਾ ਕਿ ਕਿਸ ਤਰੀਕੇ ਦੀ ਡਰੈਸ ਲਾੜੇ ਨੂੰ ਬਣਾਉਣੀ ਹੈ. ਸੋ ਆਈ ਥਿੰਕ ਜਿਵੇਂ ਹੁਣ ਅੱਜ ਐਕਸਾਈਟਿਡ ਸੀਗੇ, ਸੋ ਕਿਵੇਂ ਸੋਚਦੇ ਹੋ, ਕਿਵੇਂ ਥੋਟਸ ਆਉਂਦੇ ਹਨ, ਔਰ ਕਿਵੇਂ ਤੁਹਾਡੇ ਜ਼ਿਹਨ ਦੇ ਵਿੱਚ ਡਿਜ਼ਾਈਨਿੰਗ ਆਉਂਦੀ ਹੈ? ਐਂਡ ਯੂ ਡੈਫੀਨੇਟਲੀ, ਆਈ ਕੈਨ ਸੇ, ਆਈ ਕੈਨ ਟੈਲ ਮਾਈ ਵਿਊਅਰਸ, ਯੂ ਗਿਵਿੰਗ ਬੈਸਟ ਟੂ ਦੀ ਗਰੂਮ. ਆਫਕੋਰਸ ਵੀ ਟਰਾਈ ਟੂ ਗਿਵ ਦ ਬੈਸਟ ਟੂ ਆਰ ਗਰੂਮ. ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੋ ਅਸੀਂ ਪਾਉਣਾ ਚਾਹੀਏ, ਜਿਹੋ ਜਿਹਾ ਅਸੀਂ ਆਪਣੇ ਸਪੈਸ਼ਲ ਡੇ 'ਤੇ ਬਣਨਾ ਚਾਹੀਏ, ਉਹੋ ਜਿਹਾ ਉਹਨਾਂ ਵਾਸਤੇ ਅਸੀਂ ਕਰਦੇ ਹਾਂ. ਡਿਜ਼ਾਈਨਸ ਅਸੀਂ ਇਹੋ ਜਿਹਾ ਕਦੇ ਕੋਈ ਡਿਜ਼ਾਈਨ ਕਰਦੇ ਨਹੀਂ ਹੈਗੇ, ਨਾ ਅਸੀਂ ਕਦੇ ਕੋਈ ਜਿੰਸ ਕਹੋ ਚੁੱਕਦੇ ਹੈਗੇ ਨਹੀਂ ਹੈਗੇ ਕਿ ਜਿਹੜਾ ਅਸੀਂ ਖੁਦ ਨਾ ਪਾਈਏ. ਮੇਰੀ ਦੁਕਾਨ 'ਤੇ, ਸਾਡੀ ਦੁਕਾਨ 'ਤੇ ਜੋ ਵੀ ਹੈਗਾ ਵੇ, ਅਸੀਂ ਕੁਛ ਵੀ ਆਪੇ ਪਾਉਣਾ ਹੋਵੇ ਤਾਂ ਪਾ ਸਕਦੇ ਹਾਂ. ਇਹੋ ਜਿਹਾ ਕੁਛ ਵੀ ਨਹੀਂ ਹੈਗਾ ਕਿ ਨਹੀਂ ਇਹ ਨਹੀਂ ਪਾਵਾਂਗੇ ਅਸੀਂ. ਅਤੇ ਗਰੂਮ ਦੇ ਨਾਲ ਅਸੀਂ ਇੰਝ ਹੀ ਕਰਦੇ ਹਾਂ, ਟਿਲ ਫਰੋਮ ਦ ਫਸਟ ਸਟੈਪ ਟਿਲ ਦ ਲਾਸਟ ਸਟੈਪ, ਜਦ ਤੱਕ ਅਸੀਂ ਔਰਡਰ ਲੈ ਰਹੇ ਹੁੰਦੇ ਹਾਂ, ਜਦ ਤੱਕ ਪੂਰੀ ਤਸੱਲੀ ਨਾਲ ਉਹ ਸੈਟਿਸਫਾਈਡ ਨਹੀਂ ਹੁੰਦਾ, ਤਦ ਤੱਕ ਟਿਲ ਦੀ ਐਂਡਿੰਗ, ਜਦ ਤੱਕ ਉਹਦਾ ਵਿਆਹ ਨਹੀਂ ਹੋ ਜਾਂਦਾ, ਵਿਆਹ 'ਤੇ ਸਾਡੇ ਕੋਲ ਫੋਟੋਆਂ ਨਹੀਂ ਆ ਜਾਂਦੀਆਂ, ਤਦ ਤੱਕ ਸਾਡਾ ਕੰਮ ਨਹੀਂ ਖਤਮ ਹੁੰਦਾ. ਅਤੇ ਕਹਿੰਦੇ ਨੇ ਜੀ, ਗੁੜਤੀ ਜਿਹੜੀ ਹੈ ਘਰ ਤੋਂ ਮਿਲਦੀ ਹੈ, ਔਰ ਪੁੱਤਰ ਨੂੰ ਗੁੜਤੀ ਆਪਣੇ ਪਿਓ ਤੋਂ ਮਿਲਦੀ ਹੈ, ਅਤੇ ਉਸ ਗੱਲ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਸਮਾਇਰਾ ਗਰੁੱਪ, ਯਾਨੀ ਕਿ ਸਮਾਇਰਾ ਬ੍ਰਾਈਡਲ ਅਤੇ ਸਮਾਇਰਾ ਮੈਨ ਦੇ ਵਿੱਚ ਅੱਜ ਮਿਸਾਲ ਪੇਸ਼ ਕਰ ਰਹੇ ਨੇ ਬਿਜ਼ਨਸ ਆਫ ਦਾ ਵੀਕ ਦੇ ਵਿੱਚ. ਇਹ ਦੋਵੇਂ ਪਿਓ ਅਤੇ ਪੁੱਤ ਦੋਵਾਂ ਨੇ ਅੱਜ ਮਿਸਾਲ ਪੇਸ਼ ਕੀਤੀ ਹੈ ਕਿ ਜੇਕਰ ਤੁਸੀਂ ਜ਼ਿਹਨ ਦੇ ਵਿੱਚ ਪਾ ਲਓ ਨਾ, ਤਾਂ ਪਰਿਵਾਰ ਤਾਂ ਇਕੱਠਾ ਚੱਲੂਗਾ ਹੀ ਚੱਲੂਗਾ, ਅਤੇ ਨਾਲ ਤੁਹਾਡਾ ਬਿਜ਼ਨਸ ਵੀ ਤਗੜਮ 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 ਘੋੜੇ ਦੇ ਵਾਂਗ ਅੱਗੇ ਚੱਲੂਗਾ. ਅਤੇ ਲਓ ਜੀ, ਤੁਹਾਨੂੰ ਸਾਰਿਆਂ ਨਾਲ ਮੁਖਾਤਿਬ ਕਰਾਤਾ ਹੁਣ ਲਾਡਲੇ ਇਸ ਪਰਿਵਾਰ ਦੇ, ਜਿਹੜਾ ਸ਼ੋਪਿੰਗ ਕਰਨ ਆਏ ਨੇ ਰੋਨੀ ਦੇ ਕੋਲ. ਉਹਨਾਂ ਦੇ ਸਭ ਤੋਂ ਨਟੋਰੀਅਸ ਵੀ ਹੁੰਦੇ ਨੇ ਜਿਹੜੇ ਸਾਡੇ ਛੋਟੇ ਭਰਾ ਹੁੰਦੇ ਨੇ, ਅਤੇ ਛੋਟੇ ਭਰਾ ਨੇ ਲਾੜੇ ਦੇ ਜਾਣਨ ਦੀ ਕੋਸ਼ਿਸ਼ ਕਰਦੇ ਕਿ ਉਹ ਕਿੰਨੇ ਕੁ ਐਕਸਾਈਟਡ ਨੇ. ਹਾਊ ਮੱਚ ਐਕਸਾਈਟਡ ਯੂ ਆਰ? ਫਸਟ ਆਫ ਆਲ ਆਈ ਵੁੱਡ ਲਾਈਕ ਟੂ ਨੋ ਯੂਰ ਨੇਮ. ਅੰਸ਼. ਅੰਸ਼, ਸੋ ਹਾਊ ਮੱਚ ਐਕਸਾਈਟਡ ਯੂ ਆਰ ਫੋਰ ਯੂਰ ਬ੍ਰਦਰ ਵੈਡਿੰਗ ਐਂਡ ਵਟ ਯੂ ਗੋਨਾ ਬਾਏ ਟੁਡੇ? ਆਮ ਵੈਰੀ ਐਕਸਾਈਟਡ. ਆਈ ਮੀਨ ਦੇਰ ਇਸ ਨਥਿੰਗ ਰੀਅਲੀ ਅਪ ਟੂ ਮੀ. ਆਈ ਪੁੱਟ ਐਵਰੀਥਿੰਗ ਇਨ ਰੋਨੀਜ਼ ਹੈਂਡਸ. ਆਈ ਰੀਅਲੀ ਟਰਸਟ ਹਿਮ ਟੂ ਮੇਕ ਸ਼ੋਰ ਵੀ ਆਲ ਲੁੱਕ ਆਰ ਬੈਸਟ ਵੈਨ ਇਟ ਕਮਸ ਟੂ ਇਟ. ਐਂਡ ਆਈ ਰੀਅਲੀ ਰੋਨੀ, ਇੰਨਾ ਟਰਸਟ ਹੈਗਾ ਦੇਖ ਲਓ ਤੁਹਾਡੇ, ਹੈ ਕਸਟਮਰਾਂ ਨੂੰ, ਹੁਣ ਕੁਛ ਹੋਵੇ ਨਾ ਹੋਵੇ ਬਾਈ ਜੀ ਨੂੰ ਸੋਹਣਾ ਬਣਾ ਕੇ ਭੇਜਣਾ, ਤਾਂ ਕਿ ਇਹ ਵੀ ਨੱਚ ਸਕਣ ਆਪਣੇ ਭਰਾ ਦੇ ਵਿਆਹ ਦੇ ਵਿੱਚ. ਤਾਂ ਇੱਕ ਵਾਰੀ ਜ਼ੋਰ ਨਾਲ ਆਪਾਂ ਕਹਿ ਦਈਏ, ਫਿਰ ਕੀ ਕਹਿ ਦਈਏ? ਸਮਾਇਰਾ ਚੱਕ ਕੇ ਕਹਿ ਦਈਏ ਹੱਥ, 1 2 3.
ਤਾਂ ਲਓ ਜੀ ਸਮਾਇਰਾ ਦੀ ਪੂਰੀ ਟੀਮ ਰੈਡੀ ਹੈਗੀ ਹੈ, ਸਮਾਇਰਾ ਦੇ ਸਾਰੇ ਕਸਟਮਰਸ ਵੀ ਰੈਡੀ ਹੈਗੇ ਨੇ, ਹੁਣ ਐਕਸਾਈਟਿਡ ਨੇ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਵਿਆਹ ਹੋਏਗਾ, ਸਮਾਇਰਾ ਬ੍ਰਾਈਡਲ ਅਤੇ ਸਮਾਇਰਾ ਮਹਿੰਦੇ ਪਹਿਨਣਗੇ ਕੱਪੜੇ ਅਤੇ ਨਾ ਲੈਣਗੇ ਪੂਰੀ ਜ਼ਿੰਦਗੀ ਭਰ ਰੋਨੀ ਅਤੇ ਏਜੇ ਭਾਜੀ ਦਾ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ, ਡਾਇਰੈਕਟਰ ਬ੍ਰੌਡਕਾਸਟਿੰਗ ਦੀਪਕ ਤਿਮਾਨ ਦੇ ਨਾਲ ਬਿਜ਼ਨਸ ਆਫ ਦਾ ਵੀਕ।